ਸੇ ਉਣ ਤੈਨੂੰ ਜੱਟੀਏ ਤੈਨੂੰ ਵਿਆਹ ਕੇ ਲੈ ਜਾਣਾ ਨਹੀਂ। ਉਹ ਖੜਚਾ ਭਾਈ। ਹਾਂਜੀ ਉਹ ਤਿਆਰੀਆਂ ਨੇ ਫਿਰ। ਮੈਂ ਤਾਂ ਕੀ ਉਹ ਦੀਪ ਜੱਸੀ ਆ ਜਾ। ਆ ਗਏ ਪੁੱਤ। ਸਤਿ ਸ਼੍ਰੀ ਅਕਾਲ ਭੂਆ ਜੀ, ਹੋਰ ਕਿੱਦਾਂ? ਠੀਕ ਹੋ? ਹਾਂ ਮੈਂ ਠੀਕ ਹਾਂ। ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਹੋਤੀ ਹੈ। ਮਨਜੀਤ। ਹਾਂਜੀ ਭੂਆ ਜੀ। ਗੱਲ ਸੁਣ ਮੇਰੀ। ਹਾਂਜੀ ਭੂਆ ਜੀ। ਇਹ ਹੁਣ ਇੱਥੇ ਰਹੋਗੇ? ਹਾਂਜੀ। ਭੂਆ ਜੀ ਤੁਹਾਨੂੰ ਪਤਾ ਤਾਂ ਹੈ ਸਾਡੇ ਡੈਡੀ ਪੂਰੇ ਹੋਏ ਨੂੰ ਕਿੰਨੇ ਸਾਲ ਹੋ ਗਏ, ਤੇ ਆ 2 ਮਹੀਨੇ ਪਹਿਲਾਂ ਮੰਮੀ ਦੀ ਡੈਥ ਹੋ ਗਈ। ਇਹ ਇਕੱਲੀ ਰਹਿੰਦੀ ਸੀ ਵਿਚਾਰੀ, ਤੇ ਅਸੀਂ ਦੋਹੇ ਭੈਣਾਂ, ਸਾਡਾ ਤਾਂ ਕੋਈ ਹੈ ਵੀ ਨਹੀਂ। ਹੁਣ ਤੁਸੀਂ ਆਪ ਸੋਚੋ, ਇਹ ਉੱਥੇ ਇਕੱਲੀ ਰਹਿੰਦੀ ਸੀ, ਤੇ ਇੱਥੇ ਮੇਰਾ ਵੀ ਦਿਲ ਤੜਫੀ ਜਾਂਦਾ ਸੀ। ਹੁਣ ਇਹ ਸਾਡੇ ਕੋਲੇ ਰਹੂਗੀ, ਤੇ ਇਹਦੇ ਜੀਜੇ ਜੀ ਦੇ ਆਫਿਸ ਕੋਲ ਹੀ ਕਾਲਜ ਹੈ, ਇਹਨੂੰ ਉੱਥੇ ਪੜ੍ਹਨ ਪਾ ਦੇਣਾ। ਮੇਰੀ ਇੱਕ ਗੱਲ ਧਿਆਨ ਨਾਲ ਸੁਣਦਾ, ਅੱਗ ਕੋਲ ਪਿਆ ਘਿਓ ਪਿਘਲਦਾ ਹੋਇਆ। ਭੂਆ ਜੀ ਮੈਨੂੰ ਜਿੰਦਰ ਤੇ ਆਪਣੀ ਭੈਣ ਤੇ ਪੂਰਾ ਭਰੋਸਾ, ਤੁਸੀਂ ਆਈ ਨਾ ਫਿਕਰ ਕਰੋ। ਦੱਸਣਾ ਮੇਰਾ ਫਰਜ਼ ਸੀ, ਤੈਨੂੰ ਸਮਝਾਉਣਾ ਮੇਰਾ ਫਰਜ਼ ਸੀ, ਅੱਗੇ ਭਾਈ ਤੇਰੀ ਖੁਸ਼ੀ ਹੈ। ਤੁਸੀਂ ਟੈਨਸ਼ਨ ਨਾ ਲਓ, ਮੈਂ ਚਾਹ ਬਣਾਉਂਦੀ ਹਾਂ, ਆ ਜਾਓ ਅੰਦਰ। ਹੋਰ ਦੱਸੀ, ਹੋ ਗਈ ਤੇਰੀ ਪੜ੍ਹਾਈ ਪੂਰੀ? ਬਸ ਗ੍ਰੈਜੂਏਸ਼ਨ ਹੋਣ ਵਾਲੀ ਆ, ਬਾਕੀ ਜਿੰਨਾ ਪੜ੍ਹ ਲਓ ਉਨਾ ਥੋੜ੍ਹਾ। ਇੰਨਾ ਪੜ੍ਹ ਕੇ ਵੀ ਕੀ ਕਰਨਾ ਹੁੰਦਾ, ਵਿਆਹ ਤੋਂ ਬਾਅਦ ਕੁੜੀਆਂ ਨੇ ਚੁੱਲ੍ਹਾ ਚੌਂਕੇ ਦਾ ਸਾਂਭਣਾ ਹੁੰਦਾ। ਲੈ ਭੂਆ ਜੀ ਜ਼ਰੂਰੀ ਥੋੜ੍ਹੀ ਹੈ ਵੀ ਵਿਆਹ ਤੋਂ ਬਾਅਦ ਚੁੱਲ੍ਹਾ ਚੌਂਕੇ ਹੀ ਸਾਂਭਣਾ, ਤਾਂ ਹੋਰ ਕੀ ਕਰਨਾ ਹੁੰਦਾ। ਛੱਡੋ ਭੂਆ ਜੀ, ਤੁਸੀਂ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ? ਮਨਜੀਤ ਮੇਰੇ ਖਿਆਲ ਨਾਲ ਤਾਂ ਜੱਸੀ ਨੂੰ ਥੋੜ੍ਹਾ ਹੋਰ ਪੜ੍ਹ ਲੈਣਾ ਚਾਹੀਦਾ, ਕਿਉਂ ਜੱਸੀ? ਹਾਂਜੀ ਜੀਜਾ ਜੀ। ਨਾਲੇ ਦੀਦੀ ਤੁਹਾਨੂੰ ਤਾਂ ਪਤਾ ਹੈ ਨਾ ਮੰਮੀ ਨੇ ਸਾਨੂੰ ਕਿਵੇਂ ਪਾਲਿਆ ਸੀ। ਡੈਡੀ ਜੀ ਤਾਂ ਸਾਰੀ ਜ਼ਿੰਦਗੀ ਸ਼ਰਾਬ ਪੀਂਦੇ ਨਿਕਲ ਗਏ। ਮੈਂ ਨਹੀਂ ਚਾਹੁੰਦੀ ਕਿ ਮੇਰਾ ਵਿਆਹ ਕੱਚੇ ਪੈਰੀ ਹੋਵੇ, ਮੈਂ ਕੁਛ ਇੱਦਾਂ ਦਾ ਕਰਨਾ ਚਾਹੁੰਦੀ ਹਾਂ ਜਿਹਦੇ ਨਾਲ ਮੇਰਾ ਫਿਊਚਰ ਵੀ ਸਿਕਿਓਰ ਹੋਵੇ। ਬਿਲਕੁਲ, ਤਾਂ ਹੀ ਤਾਂ ਤੈਨੂੰ ਅਸੀਂ ਇੱਥੇ ਲੈ ਕੇ ਆਏ ਹਾਂ, ਤਾਂ ਜੋ ਤੇਰਾ ਫਿਊਚਰ ਵਧੀਆ ਨਿਕਲ ਸਕੇ। ਮਨਜੀਤ ਮੇਰੀ ਰੋਟੀ ਕਮਰੇ 'ਚ ਪਹੁੰਚਾ ਦਿਓ, ਮੈਂ ਪਾਠ ਕਰਨ ਲੱਗੀ ਹਾਂ। ਤੁਹਾਨੂੰ ਪਹਿਲਾਂ ਵੀ ਕਿਹਾ ਸੀ ਮੈਂ, ਮੈਨੂੰ ਜਿੰਦਰ ਤੇ ਜੱਸੀ ਤੇ ਪੂਰਾ ਭਰੋਸਾ ਹੈ। ਭਰੋਸਾ ਮਗਰ ਸੀ ਕਿਆ ਨੂੰ ਵੀ ਸੀ ਆਪਦੇ ਜਵਾਈ ਤੇ ਲੈ ਗਿਆ ਸੀ ਨਾ ਸਾਰੀ ਕੱਢ ਕੇ ਆਪਦੀ ਮੱਥੇ ਤੇ ਹੱਥ ਮਾਰ ਮਾਰ ਰੋਂਦੇ। ਹੁਣ ਦੇਖ 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 ਉਹਦੇ ਬੋਧਿਆਂ ਤੇ ਚੜ੍ਹਨ ਨੂੰ ਤਿਆਰ ਬੈਠੀ ਹੈ ਸਿਆਣੀ ਬਣ ਸਿਆਣੀ ਦੇਖ। ਨਹੀਂ ਨਹੀਂ ਭੂਆ ਜੀ ਤੁਸੀਂ ਐਵੇਂ ਟੈਨਸ਼ਨ ਲਈ ਜਾਂਦੇ ਹੋ, ਅਜੇ ਵੀ ਮੌਕਾ ਹੈ, ਅੱਖਾਂ ਖੋਲ ਲੈ ਆਪਦੀਆਂ। ਉਹ ਨਿਕਲ ਆ ਹੁਣ ਫੋਨ ਚੋਂ ਬਾਹਰ ਯਾਰ, ਅੱਜ ਔਨਲਾਈਨ ਨਹੀਂ ਹੋਈ,
ना स्टेटस पाया कोई। किने? जस्सी ने और किने? ओ तू पागल ना हो जी ओदे पीछे। हमें 2 महीने तो जस्सी जस्सी करी जा रहे। अगली बार मैं नॉर्मल फेसबुक फ्रेंड समझती होगी। यार गल तो तेरी ठीक है, ये फ्रेंड वालियां बाद च जवाकां दे मामे बना दिंदियां ने। अज तक कॉफी लई मना ही लेना। अजे तक कॉफी लई नहीं मनाया? ओ पुछिया था बथेरी वार पर मन्ने तां सही। जीजा विच आ जांदा उहदा। ओके जीजा जी देख लैणगे, जीजा जी देख लैणगे। कड्ढा जीजा बड़ा बॉडीगार्ड। ओ जीजा ही आ, खाण लगे तेनू। रहण दे, तेतों कुछ नहीं होना। एवें किवें नहीं होना कुछ? हैं ले अज फिर दिखाउना तेनू मना के। मना ही लेनी अज तां। मैं डरदा हां तो जीजे तों। पूरा तो कुड़ी मन चाहिए यार। कुड़िया वांगू शर्माना क्यों है? दस तो सही कुड़ी कौन है? कुड़ी नसीब मना लगे यार। कुड़ी ना बाई जी, असल दे विच बाई कुड़ी जस्सी। वो जे नहीं जल्दी आ गई? हाँ जी जीजा जी, वो लेक्चर में आज छेती खत्म हो गया सी, तब मैं छेती आ गई। ओके बैठो आ जाओ। और कुछ खाना पीना तो मंगावा? पढ़ाई किन्नी करेगी जी? बहुत साल। पढ़ाई तो जी ब्याह तो बाद भी हो सकती है ना, जे कि मुंडा सपोर्ट करने वाला मिल जाए। वैसे भी सरकारी नौकरी वाले मुंडे अजकल कित्थे मिलदे आ? जान पड़े तो बस हो सकदा। हां जी जस्सी। हां जी जी चलिए फिर। हां जी आ जाओ। जब भी थोड़ी दिल दी गल करने की कोशिश की थी, जीजा बन मिथो पड़ दिन में बिचारे जस्सी। जस्सी ओ यार गल तो सुन। 2 महीने हो गए तेनू मेरे पिछे गेड़े मारदे होए। नाल मैं कोई ना टाइम नहीं हुंदा, पढ़ना हुंदा मैं। ना ते फिर असी अनपढ़ हां। एमए कीती होई है? एमए बहुत माड़ी गल है, ताइयो एमए कुड़ियां पिछे गेड़े मारदा फिरदा तू। केड़ी कुड़ी पिछे गेड़े मारया? केड़ी पिछे मारे ने? तेरे पिछे ही तो मार रहे हैं। नाले मैं तो ब्याह बारे पूछना आया यार। ब्याह? मैं शरीफ घर दी कुड़ी हां। ते मैं डाकुआं दा मुंडा हां ना, असी भी तो शरीफ हां। देख सुखी, मैं ब्याह नहीं करवाना हजे। हां जे करवाना भी होया ते अपनी दीदी दी मर्जी नाल करवाऊंगी। कल कॉफी पीने तो आ सकती हैं? मैं कॉफी नहीं पीती। ते फिर चाय पी ली? सुखी मैं कुछ नहीं पीना, तू प्लीज इतो जा। जीजा जी ने आ जाना, उन्होंने देख लेना। फिर मैं कहना तेरे जीजे नु देख लेने आज। देख लेने आ, खड़ जा तेरे जीजे नु। मैं देख लेने ते जीजा की तेरी जीजे भी देखे, तेरी भूआ भी देखे, तेरे मामे सारे देखन। जा प्लीज। हेलो बेबे, वो आगे लिखिया अंडे दा मुर्गा। मुर्गे दा अंडा सुने? अंडे दा मुर्गा की हुंदा? ओ अंडा मुर्गे दा नहीं, मुर्गी दा हुंदा। पता मैनू नहीं। हैं बेबे, मैं पहले ही दुखी हां, तुसी मैनू पंजाबी च कंफ्यूज कीता होया। कमाल है यार। चुप चुप चुप, बोली ना, बोली ना, बोली ना। हेलो। ओए ओ देख, किथे हो तुसी? मैं ऑफिस दे विच आया, थोड़ा मीटिंग च आया।
ओके कदों आ रहे हो घर? यार थोड़ा टाइम लग जाना मैनू। मैचिंगा तेरे नाल ते जूस जीजे नाल। मैनू तो समझ नहीं लगती ए जीजे दा कुछ करना पैना। मान ला मेरी गल तू। अपनी गल बाहर करी जाना घर दी। चल कोई ना। घर दी गल घर ची है। ओ मेरी भैन है ते ओ मेरा घर वाला। दीदी 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 रुक जा रुक जा रुक जा। दीदी मैं जस्सी नूं बहुत पसंद करदा, मैं उहदे नाल विआह कराना चाहुंदा। ਤੁਹਾਡੇ ਘਰ ਦੇ ਰਿਸ਼ਤੇ ਸੜਕਾਂ ਤੇ ਮੰਗਦੇ ਆ? ਆਪਣੇ ਮਾਂ ਬਾਪ ਨੂੰ ਨਾਲ ਲੈ ਕੇ ਆਈ ਕੱਲ ਨੂੰ? ਨਾ ਐਵੇਂ ਕਿਵੇਂ ਚਲੇ ਜਾਈਏ? ਤੂੰ ਕੱਲੇ ਹੀ ਰਿਸ਼ਤੇ ਪੱਕੇ ਕਰਦਾ ਫਿਰੀ ਜਾਂਦਾ, ਤੁਹਾਡੇ ਤੋਂ ਤਾਂ ਹੁੰਦਾ ਨਹੀਂ। ਜੇ ਮੈਂ ਕਰਦਾ ਤੁਸੀਂ ਲੰਨ ਪਈ ਜਾਂਦੇ। ਓਏ ਮੈਂ ਤਾਂ ਸਸਰੀ ਗੱਲ ਕਰੀ ਤੀ। ਓ ਬੇਬੇ ਇਹ ਬਾਪੂ ਦੀਆਂ ਸਸਰੀਆਂ ਗੱਲਾਂ ਕਰਕੇ ਨਾ ਅੱਜ ਮੇਰਾ ਵਿਆਹ ਨਹੀਂ ਹੋ ਰਿਹਾ। ਪਤਾ ਨਹੀਂ ਕਿਹੜੀਆਂ ਸਸਰੀਆਂ ਗੱਲਾਂ ਕਰਕੇ ਆਉਂਦੇ ਆ, ਤਾਂ ਤਾਂ ਕੁੜੀ ਵਾਲੇ ਫੋਨ ਹੀ ਨਹੀਂ ਚੁੱਕਦੇ। ਤੂੰ ਚੁੱਪ ਕਰਕੇ ਬੈਠੀ ਰਹਿ। ਤੂੰ ਵੀ ਦੇ ਮਗਰ ਲੱਗ ਜਿੰਨੀ ਆ, ਇਹ ਤਾਂ ਵਿਹਲਣ ਆ। ਮਨਜੀਤ ਮੇਰਾ ਟਿਫਨ ਪੈਕ ਕਰਤਾ। ਤੁਸੀਂ ਏਦਾਂ ਕਰੋ, ਅੱਜ ਆਫਿਸ ਤੇ 2 ਘੰਟੇ ਦੀ ਛੁੱਟੀ ਲੈ ਲਓ। ਕਿਉਂ ਕੀ ਗੱਲ? ਜੱਸੀ ਨੂੰ ਵੇਖਣ ਵਾਲਿਆਂ ਨੇ ਆਉਣਾ ਹੈ। ਤੇਰਾ ਦਿਮਾਗ ਤਾਂ ਠੀਕ ਹੈ? ਮੈਨੂੰ ਪੁੱਛਿਆ ਤੱਕ ਨਹੀਂ। ਐਡਾ ਬੜਾ ਫੈਸਲਾ ਤੂੰ ਕੱਲੀ ਨਾ ਲੈ ਲੈ। ਨਾ ਤੁਹਾਨੂੰ ਹੁਣ ਕੀ ਪੁੱਛਣਾ ਮੈਂ? ਮੇਰੀ ਭੈਣ ਲੱਗਦੀ ਆ ਉਹ, ਉਹਦੇ ਚੰਗੇ ਮਾੜੇ ਦਾ ਸਭ ਪਤਾ ਮੈਨੂੰ। ਆਹੋ ਮੇਰੀ ਕਿਹੜੀ ਕੁਛ ਲੱਗਦੀ ਆ ਉਹ। ਹਾਂਜੀ ਤੁਸੀਂ ਤਾਂ ਇਹੀ ਚਾਹੁੰਦੇ ਹੋ ਨਾ ਕਿ ਉਹ ਇੱਥੇ ਹੀ ਰਹੇ। ਚਲ ਠੀਕ ਹੈ ਬੰਦੀ, ਜੋ ਤੂੰ ਕੀਤਾ ਵਧੀਆ ਕਰਨਾ ਹੈ। ਪਰ ਹੁਣ ਥੋੜਾ ਮੂਡ ਤਾਂ ਠੀਕ ਕਰ ਲੈ ਆਪਣਾ, ਪ੍ਰਾਹੁਣਿਆਂ ਨਾਲ। ਲੈ ਹੁਣ ਬਣੀ ਹੈ ਨਾ ਗੱਲ। ਮਨਜੀਤ ਭਲਾ ਇੰਨੀ ਵੀ ਕੀ ਜਲਦੀ ਸਮੇਂ ਜੱਸੀ ਦਾ ਵਿਆਹ ਕਰਨ ਦੀ? ਐਮੀ ਨਾ ਵਿੱਚ ਨੰਨਾ ਪਾ ਦਿਓ, ਮਸਾਂ ਮਸਾਂ ਨਾ ਸੋਹਣਾ ਮੁੰਡਾ ਮਿਲਿਆ। ਯਾਰ ਉਹ ਤਾਂ ਠੀਕ ਹੈ, ਪਰ ਮੁੰਡਾ ਕੌਣ ਹੈ, ਕਿਵੇਂ ਦਾ ਹੈ, ਕੀ ਕੰਮ ਕਰਦਾ, ਕੀ ਪਤਾ ਉਹਦੀ ਜੱਸੀ ਨੂੰ ਬਣੂਗੀ ਨਾ ਬਣੂਗੀ। ਮਨਜੀਤ ਪਲੀਜ਼। ਆਪ ਹੀ ਤਾਂ ਕਹਿੰਦੀ ਹੁੰਦੀ ਸੀ ਦੀਦੀ ਜਿਹੜਾ ਮੁੰਡਾ ਲੱਭੋਗੇ ਉਹਦੇ ਨਾਲ ਹੀ ਵਿਆਹ ਕਰਾਉਣਾ, ਨਾ ਹੁਣ ਭਰੋਸਾ ਨਹੀਂ ਮੇਰੇ ਤੇ। ਦੀਦੀ ਭਰੋਸਾ ਤਾਂ ਹੈ ਪਰ। ਆ ਗਏ ਆ ਗਏ, ਉਹ ਖੁਸ਼ ਹੋ ਜਾ ਥੋੜਾ ਜਿਹਾ। ਦੀਦੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਹੁਤ ਖੁਸ਼ੀ ਹੋਈ ਹੈ ਮੈਨੂੰ ਤਾਂ ਜਦੋਂ ਮਨਜੀਤ ਨੇ ਦੱਸਿਆ ਮੁੰਡਾ ਪੜ੍ਹਿਆ ਲਿਖਿਆ ਬਹੁਤ ਹੈ, ਨਾਲੇ ਸੰਸਕਾਰੀ ਹੈ। ਮੈਨੂੰ ਵੀ ਸੁਖੀ ਨੇ ਪਹਿਲਾਂ ਹੀ ਦੱਸਤਾ ਸੀ ਕਿ ਕੁੜੀ ਬਹੁਤ ਪੜ੍ਹੀ ਲਿਖੀ ਆ। ਲਓ ਜੀ ਆ ਗਈ ਸਾਡੀ ਜੱਸੀ। ਵੈਸੇ ਸਰਸਰੀ ਗੱਲ ਹੈ ਜੀ, ਕੁੜੀ ਯਾਰ ਮੁੰਡੇ ਨੂੰ ਗੱਲਬਾਤ ਕਰਨ ਦਈਏ, ਕਿਉਂਕਿ ਵਿਆਹ ਤਾਂ ਇਹਨਾਂ ਨਹੀਂ ਕਰਵਾਉਣਾ ਹੈ। ਜੱਸੀ ਜਾਓ ਤੁਸੀਂ। ਭੂਆ ਵਿਆਹ ਦੇਣੀ ਬਚਾ ਹੋ ਗਿਆ। ਲਓ ਜੀ ਬੱਚੇ ਦੀ ਆ। ਹੋਰ ਬਈ ਸੁਖੀ ਹੁਣ ਠੀਕ ਹੈ? ਲਓ ਜੀ ਕੁੜੀ ਮੁੰਡਾ ਖੁਸ਼ ਨੇ, ਤੁਸੀਂ ਅਗਲੇ ਮਹੀਨੇ ਵਿਆਹ ਦੀ ਤਿਆਰੀ ਰੱਖੋ। ਲੈ ਵੀ ਪੁੱਤ ਤੂੰ ਆਪਣੇ ਯਾਰ ਦੋਸਤ ਨੂੰ ਫੋਨ ਕਰ, ਮੰਗਾ ਫਿਰ ਮਿੱਠਾ। ਵਧਾਈਆਂ ਭੈਣ ਜੀ ਤੁਹਾਨੂੰ, ਬਹੁਤ ਵਧਾਈਆਂ ਜੀ, ਬਹੁਤ ਬਹੁਤ ਤੁਹਾਨੂੰ ਵੀ ਵਧਾਈਆਂ।
ਬੱਲੇ ਭਾਬੀ ਤੇਰੀ ਉਮਰ ਤਾਂ ਬਹੁਤ ਲੰਬੀ ਹੈ ਮੈਂ ਤੈਨੂੰ ਯਾਦ ਹੀ ਕਰਦਾ ਸੀਗਾ ਅੱਛਾ ਮੈਂ ਤਾਂ ਗੱਦੀ ਦਰਵਾਜ਼ਾ ਖੜਕਾਉਂਦੀ ਸੀ ਬਾਹਰ ਵਾਲਾ ਅੱਛਾ ਤੂੰ ਇੱਥੇ ਮੋਬਾਈਲ ਤੇ ਲੱਗਿਆ ਹੋਇਆ ਭਾਬੀ ਮੈਂ ਨਾ ਤੈਨੂੰ ਇੱਕ ਖੁਸ਼ਖਬਰੀ ਦੱਸਣੀ ਹੈ ਵੈਸੇ ਖੁਸ਼ਖਬਰੀ ਦਾ ਮੈਂ ਵੀ ਇੱਕ ਦੱਸਣ ਆਈ ਸੀ ਅੱਛਾ ਭਾਬੀ ਚੱਲ ਫਿਰ ਦੱਸ ਛੇਤੀ ਨਹੀਂ ਨਹੀਂ ਪਹਿਲਾਂ ਤੁਸੀਂ ਦੱਸੋ ਭਾਬੀ ਇਹ ਥੋੜੀ ਗੱਲ ਬਣਦੀ ਆ ਤੁਸੀਂ ਵੱਡੇ ਹੋ ਪਹਿਲਾਂ ਤੁਸੀਂ ਦੱਸੋ ਮੇਰੀ ਭੈਣ ਜੱਸੀ ਹਾਂ ਭਾਬੀ ਜੱਸੀ ਜੱਸੀ ਦਾ ਮੰਗਣਾ ਹੋ ਗਿਆ ਆ ਚੱਕ ਲੱਡੂ ਤੇ ਨਾਲੇ ਹਾਂ ਹੁਣ ਸਾਰਾ ਕੰਮ ਕਰ ਵਿਆਹ ਦਾ ਨਾਲ ਹੋ ਕੇ ਕਰਵਾਉਣਾ ਅਗਲੇ ਹਫ਼ਤੇ ਵਿਆਹ ਏ ਚੰਗਾ ਮੈਂ ਅੱਗੇ ਘਰ ਵਿੱਚ ਵੀ ਲੱਡੂ ਵੰਡਿਆ ਵਾਂ ਹੁਣ ਖੁਸ਼ ਤਾਂ ਹੋ ਜਾ ਜੀਜਾ ਜੀ ਹਾਂਜੀ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਹਾਂਜੀ ਆ ਜਾਓ ਬਹਿ ਜਾ ਤੂੰ ਟੈਨਸ਼ਨ ਨਾ ਲੈ ਆਪਾਂ ਸਵੇਰੇ ਜਲਦੀ ਨਿਕਲਾਂਗੇ ਔਰ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦੇਣਾ ਪੱਕਾ ਜੀਜਾ ਜੀ ਬਿਲਕੁਲ ਪੱਕਾ ਤੇ ਆਪਾਂ ਸਵੇਰੇ 6 ਵਜੇ ਨਿਕਲੀਏ ਹਾਂ 6 ਵਜੇ ਥੈਂਕ ਯੂ ਜੀਜਾ ਜੀ ਮਨਜੀਤ ਉੱਠ ਮਨਜੀਤ ਉੱਠ ਜਿੰਦਰ ਵੀ ਹੈ ਨੀ ਭੂਆ ਜੀ ਬਾਹਰ ਹੋਣੇ ਆ ਮੈਂ ਸਾਰੇ ਦੇਖ ਲਿਆ ਨਾ ਜੱਸੀ ਹੈ ਨਾ ਜਿੰਦਰ ਆ ਕਿਤੇ ਚਲੋ ਬਲਬੀਰ ਚੱਲ ਗੱਡੀ ਤਾਂ ਇੱਥੇ ਖੜੀ ਹੈ ਨਾ ਹੋਰ ਉਹਨੇ ਤੈਨੂੰ ਹੌਰਨ ਮਾਰ ਕੇ ਜਾਣਾ ਸੀ ਭੂਆ ਜੀ ਹੁਣ ਕੀ ਕਰੀਏ ਮਨਜੀਤ ਤੂੰ ਤਾਂ ਬਹੁਤੀ ਭੋਲੀ ਹੈ 6 ਮਹੀਨੇ ਹੋ ਗਏ ਤੈਨੂੰ ਸਮਝਾਉਂਦੀ ਨੂੰ ਪਰ ਤੇਰੇ ਤੇ ਕੋਈ ਅਸਰ ਹੀ ਨਹੀਂ ਹੋਇਆ ਜੇ ਗਵਾਂਢੀਆਂ ਨੂੰ ਪਤਾ ਚੱਲ ਗਿਆ ਬਹੁਤ ਬੇਇੱਜ਼ਤੀ ਹੋਣੀ ਹੈ ਇਦੋਂ ਪਹਿਲਾਂ ਸੁੱਖੀ ਨੂੰ ਲੋਕਾਂ ਕੋਲੋਂ ਪਤਾ ਲੱਗੇ ਆਪਾਂ ਫੋਨ ਕਰ ਦਿੰਦੇ ਹਾਂ ਉਹਨੂੰ ਨਹੀਂ ਭੂਆ ਜੀ ਪਹਿਲਾਂ ਮੈਂ ਇਹਨਾਂ ਨੂੰ ਫੋਨ ਕਰਦੀ ਹਾਂ ਅਤੇ ਜੱਸੀ ਨੂੰ ਫੋਨ ਕਰਦੀ ਹਾਂ ਘਰ ਮੈਂ ਜੱਸੀ ਨੂੰ ਕਰਦੀ ਹਾਂ ਚੱਕਿਆ ਚੱਕਿਆ ਨਹੀਂ ਭੂਆ ਜੀ ਨਾ ਇਹ ਫੋਨ ਚੁੱਕ ਰਿਹਾ ਨਾ ਜੱਸੀ ਚੱਕ ਰਹੀ ਹੈ ਇਸੇ ਦਿਨ ਨੂੰ ਮੈਂ ਰੋਂਦੀ ਸੀ ਖੋਲਾ ਅੱਖਾਂ ਖੋਲਾ ਅੱਖਾਂ ਹੋਸ਼ ਕਰ ਲਾ ਕੁਛ ਮੈਨੂੰ ਤਾਂ ਘਬਰਾਹਟ ਬਹੁਤ ਹੁੰਦੀ ਪਈ ਹੈ ਭੂਆ ਕੋਈ ਗੱਲ ਨਹੀਂ ਪੁੱਤ ਹੌਸਲਾ ਰੱਖ ਤੂੰ ਵਿਆਹ ਵਾਲਾ ਘਰ ਆ ਤੂੰ ਤਿਆਰ ਹੋ ਜਾ ਆਂਡੀਆਂ ਗੁਆਂਢੀਆਂ ਨੇ ਆਉਣਾ ਸ਼ੁਰੂ ਹੋ ਜਾਣਾ ਤੂੰ ਤਿਆਰ ਹੋ ਮੇਰਾ ਪੁੱਤ ਚੱਲ ਮਨਦੇ ਸਿਆਣ ਤੈਨੂੰ ਜੱਟੀਏ ਤੈਨੂੰ ਵਿਆਹ ਕੇ ਲੈ ਜਾਣਾ ਨਹੀਂ ਉਹ ਖੜ ਜਾ ਭਾਈ ਹੈਲੋ ਹੈਲੋ ਸੁੱਖੀ ਹਾਂਜੀ ਉਹ ਤਿਆਰੀਆਂ ਨੇ ਫਿਰ
ਇੱਥੇ ਕੁਝ ਸਹੀ ਨਹੀਂ ਹੈ। ਮੇਰੇ ਘਰ ਵਾਲਾ ਤੇਰੀ ਹੋਣ ਵਾਲੀ ਬੋਟੀ ਨੂੰ ਭਜਾ ਕੇ ਲੈ ਗਿਆ, ਇਹੀ ਸੱਚ ਹੈ। ਓ ਦੀਪ, ਫੋਨ ਚੱਕ ਲਾ ਕੰਜਰਾ, ਕਿੱਥੇ ਆ ਤੂੰ? ਓ ਚੱਕ ਲਾ ਫੋਨ। ਓ ਕਿੱਥੇ ਦੀਪ? ਓ ਤੂੰ ਦਾਰੂ ਨੂੰ ਮਾਰ ਗੋਲੀ, ਛੇਤੀ ਪਾਲੇ ਦੀ ਦੁਕਾਨ ਤੇ ਪਹੁੰਚ, ਬਹੁਤ ਬੜਾ ਕਾਂਡ ਹੋ ਗਿਆ। ਸੁਖੀ ਪੁੱਤ, ਹੁਣ ਤੂੰ ਕਿੱਥੇ ਚੱਲਿਆ? ਬਾਪੂ ਮੈਨੂੰ ਬਹੁਤ ਜ਼ਰੂਰੀ ਕੰਮ ਆ, ਮੈਨੂੰ ਜਾਣ ਦੇ। ਉਹ ਤੇਰਾ ਸਾਹਾ ਬੰਨਿਆ ਪਿਆ, ਤੂੰ ਨਾ ਜਾ ਹੁਣ ਕਿਸੇ ਪਾਸੇ। ਬਾਪੂ ਤੇਰੇ ਸਾਹੇ ਦੀਆਂ ਕੋਈ ਗਾਜਰਾਂ ਚੱਕ ਕੇ ਲੈ ਗਿਆ, ਮੈਨੂੰ ਜਾਣ ਦੇ। ਸਤਿ ਸ਼੍ਰੀ ਅਕਾਲ ਮਾਮੀ ਜੀ, ਪਹੁੰਚ ਗਏ ਤੁਸੀਂ? ਅਸੀਂ ਤਾਂ ਕਦੋਂ ਦੇ ਉਡੀਕ ਰਹੇ ਹਾਂ ਤੁਹਾਨੂੰ। ਆ ਜਾਓ ਆ ਜਾਓ ਭੂਆ ਜੀ, ਮਾਮੀ ਆ ਗਏ। ਸਤਿ ਸ਼੍ਰੀ ਅਕਾਲ ਭਾਬੀ ਜੀ। ਬੈਠੋ ਮਾਮੀ ਜੀ, ਮੈਂ ਪਾਣੀ ਲੈ ਕੇ ਆਉਂਦੀ ਹਾਂ। ਵੀਰ ਜੀ ਨਹੀਂ ਆਏ? ਬਸ ਉਹਨਾਂ ਨੂੰ ਕੋਈ ਆਫਿਸ ਦਾ ਕੰਮ ਸੀ, ਉੱਥੇ ਫਸੇ ਆ, ਕੱਲ ਆਉਣਗੇ। ਅੱਛਾ, ਕੱਲ ਆਉਣਗੇ? ਮੈਨੂੰ ਤਾਂ ਬਹੁਤ ਚਾਅ ਸੀ, ਮੈਂ ਆ ਗਈ। ਚੰਗਾ ਕੀਤਾ। ਹੋਰ ਜੱਸੀ ਕਿੱਥੇ ਆ? ਪਾਰਲਰ ਗਈ ਹੈ ਜੱਸੀ। ਠੀਕ ਹੈ। ਹੋਰ ਜਿੰਦਰ ਨਹੀਂ ਦਿਖਦਾ ਕਿਤੇ ਮਨਜੀਤ? ਐਕਚੁਲੀ ਮਾਮੀ ਜੀ, ਉਹਨਾਂ ਨੂੰ ਆਫਿਸ ਵਰਕ ਸੀਗਾ, ਉੱਥੇ ਗਏ ਹੋਏ ਨੇ। ਤੁਸੀਂ ਗੱਲਾਂ ਕਰੋ, ਮੈਂ ਚਾਹ ਬਣਾਉਂਦੀ ਹਾਂ। ਉਹ ਯਾਰ, ਇੱਥੇ ਦੀ ਲੋਕੇਸ਼ਨ ਆ ਇਹ? ਲੱਭ ਲੱਭ ਇੱਥੇ ਕਿਤੇ ਹੋਣਗੇ। ਉੱਧਰ ਲੱਗਦਾ ਆ ਜਾ। ਸੁਖੀ ਸੁਖੀ ਸੀ, ਲੋਕੇਸ਼ਨ ਬੰਦ ਹੋ ਗਈ। ਕਿੱਥੇ ਨੇ? ਇੱਥੇ ਦਿਖਦੇ ਤਾਂ ਹੈ ਨਹੀਂ ਕਿਤੇ। ਮੈਂ ਕਹਿੰਦਾ ਹੋਰ ਲੱਭ ਲੈਂਦੇ ਆ, ਕਿਸੇ ਹੋਰ ਲੋਕੇਸ਼ਨ ਤੇ ਲੱਭ ਲੈਂਦੇ ਆ। ਚੱਲ ਫਿਰ। ਭੂਆ ਜੀ, ਉਹਨੇ ਤਾਂ ਫੋਨ ਹੀ ਸੁੱਚ ਆਫ ਆ ਰਹੇ ਨੇ। ਉਹ ਮੇਰੀ ਕਿਸਮਤ, ਇਸੇ ਤੋਂ ਮੈਂ ਤੈਨੂੰ ਕਹੀ ਜਾਂਦੀ ਸੀ। ਸੰਭਲ ਜਾ। ਸਤਿ ਸ਼੍ਰੀ ਅਕਾਲ ਭੂਆ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਬੀ ਜੀ। ਭਾਬੀ ਜੀ, ਜਿੰਦਰ ਬਾਈ ਤੇ ਜੱਸੀ ਦਿਖਾਈ ਨਹੀਂ ਦਿੰਦੇ, ਕੀ ਗੱਲ? ਉਹ ਤਾਂ ਬਾਜ਼ਾਰ ਗਏ ਆ। ਅੱਛਾ ਭੂਆ ਜੀ, ਸੱਜਣ ਤਾਂ ਆਪਣਾ, ਇਹ ਬੇਗਾਨਾ ਥੋੜੀ ਹੈ, ਇਹਨੂੰ ਤਾਂ ਸਾਰੀ ਗੱਲ ਦੱਸਣੀ ਚਾਹੀਦੀ ਹੈ। ਭਾਬੀ, ਕੀ ਗੱਲ, ਕੁਛ ਗਲਤ ਤਾਂ ਨਹੀਂ ਹੋ ਗਿਆ? ਕੁਛ ਨਹੀਂ, ਬਹੁਤ ਕੁਛ ਗਲਤ ਹੋ ਗਿਆ। ਇਹ ਜਿਹਾ ਕੀ ਹੋ ਗਿਆ? ਤੁਹਾਡਾ ਜਿੰਦਰ ਬਾਈ ਜੱਸੀ ਨੂੰ ਭਜਾ ਲੈ ਗਿਆ। ਇਹ ਕਿਵੇਂ ਹੋ ਸਕਦਾ ਵੀ? ਹੋ ਨਹੀਂ ਸਕਦਾ, ਹੋ ਗਿਆ ਏ। ਕੋਈ ਗੱਲ ਨਹੀਂ ਭਾਬੀ, ਤੁਸੀਂ ਚਿੰਤਾ ਨਾ ਕਰੋ, ਮੈਂ ਕਰਦਾ ਕੁਛ। ਹੈਲੋ ਹੈਲੋ। ਹਾਂ ਵੀ, ਹੋ ਗਿਆ ਤੇਰਾ ਕੰਮ। ਸਾਲਿਆ ਕੰਮ ਦਿਆ, ਤੈਨੂੰ ਮੈਂ ਇਕੱਲੀ ਕੁੜੀ ਕਿਡਨੈਪ ਕਰਨ ਨੂੰ ਕਿਹਾ ਸੀ, ਨਾਲ ਕਿਹਨੂੰ ਚੱਕ ਲਿਆ? ਉਹ ਕੁੜੀ ਦੇ ਨਾਲ ਨਾਲ ਉਹਦਾ ਆਸ਼ਿਕ ਵੀ ਸੀ, ਇਹ ਵੀ ਸਾਲਾ ਬਹੁਤ ਅੱਖਾਂ ਜਿਹਾ ਕੱਢਦਾ ਸੀ, ਆਪਾਂ ਦੋਨਾਂ ਨੂੰ ਹੀ ਟੰਗ ਲਿਆ। ਉਹ ਆਸ਼ਿਕ ਨਹੀਂ, ਉਹਦਾ ਜੀਜਾ ਹੀ ਜੀਜਾ। ਪਰ ਲੱਗ ਤਾਂ ਆਸ਼ਿਕ ਰਿਹਾ ਸੀ। ਉਹ ਤੂੰ ਛੱਡ ਯਾਰ, ਮੇਰੀ ਪੇਮੈਂਟ ਦਾ ਕਰ। ਲੱਗਦਾ ਪੇਮੈਂਟ ਦਾ, ਸਾਲੇ ਨੇ ਸਾਰੀ ਗੇਮ ਖਰਾਬ ਕਰਕੇ ਰੱਖਤੀ। ਕਮਾਲ ਆ ਯਾਰ, ਕੰਮ ਦੀ ਕੋਈ ਵੈਲਿਊ ਹੀ ਨਹੀਂ। ਅੱਛਾ ਤਾਂ ਤੂੰ ਜੀਜਾ, ਅਸੀਂ ਤਾਂ ਆਸ਼ਿਕ ਸਮਝਦੇ ਸੀ। ਓਏ ਜੀਜੇ, ਬੜੀ ਅੱਖਾਂ ਜਿਹਾ ਕੱਢਦਾ ਸੀ, ਸਾਡੇ ਸਾਹਮਣੇ ਤਾਂ ਬੜੇ ਬੜੇ ਦੀ ਬੋਲਤੀ ਬੰਦ ਹੋ ਜਾਂਦੀ ਆ, ਤੂੰ ਕੀ ਸ਼ਹਿ ਆ? ਉਸਤਾਦ,
ਉਹਦਾ ਹੋਣੀ ਉਹ ਆ ਮੂੰਹ ਦਾ ਬੰਦ ਕੀਤੇ ਹੋਏ ਇਹਨਾਂ ਦੇ हैलो मैं काम ते सी ओ यार तू फिकर ना कर यार पेमेंट चली हुई है किसे टाइम भी पहुंच सकती है ओ किसे टाइम भी पहुंच सकती है तू फिकर ना कर हाँ ठीक है हाँ ले आना ओ हेलो बीर पे है उस्ताजी पहली 140 रुपए हो गए ओ यार पेमेंट चली हुई है किसे टाइम भी पहुंच सकती है चल जा जिजे जेब च देख उस्ताद इदे कोल ता माली बहुत आ ना ओए ना बस ਆਪਾਂ ਨੂੰ ਤਾਂ ਸਿਰਫ 20 ਰੁਪਏ ਚਾਹੀਦੇ ਨੇ ਤੇ ਪੇਮੈਂਟ ਆਪਣੀ ਚੱਲੀ ਹੋਈ ਹੈ ਤੇ ਉਵੇਂ ਸਾਰੇ ਪੈਸੇ ਇੱਜ਼ਤ ਮਾਣ ਨਾਲ ਇਹਨਾਂ ਦੀ ਜੇਬ 'ਚ ਪਾ ਕੇ ਇਹਨਾਂ ਨੂੰ ਘਰੇ ਤੋਰਨਾ ਯਾਰ ਸਮਝ ਨਹੀਂ ਲੱਗਦਾ ਗਏ ਤਾਂ ਗਏ ਕਿੱਥੇ ਓ ਯਾਰ ਨੇੜੇ ਤੇੜੀ ਨੇ ਯਾਰ ਓ ਪੇਮੈਂਟ ਚੱਲੀ ਹੋਈ ਆ ਕਿਸੇ ਟਾਈਮ ਵੀ ਆ ਸਕਦੀ ਆ ਓ ਯਾਰ ਤੇਰੇ ਸਵੇਰ ਦੇ 20 ਫੋਨ ਆ ਗਏ ਓ ਤੂੰ ਥੋੜਾ ਹੀ ਤਾਂ ਸਬਰ ਰੱਖ ਲੈ ਸਾਲਾ ਫੇਰ ਸਵਿਚ ਆਫ ਹੋ ਗਿਆ ਬਾਈ ਵਿਆਹ ਤੋਂ ਬਾਅਦ ਨਾ ਇਹ ਜਨਾਨੀਆਂ ਬਹੁਤ ਦੁਖੀ ਕਰਦੀਆਂ ਨੇ ਸਾਨੂੰ ਤਾਂ ਪਹਿਲਾਂ ਹੀ ਕਰੀ ਜਾਂਦੀਆਂ ਨੇ ਵੀਰੇ ਇੱਕ ਮਿੰਟ ਫੋਨ ਦੋਗੇ ਦਿਆਂ ਨੂੰ ਫੋਨ ਮੇਰਾ ਫੋਨ ਸਵਿਚ ਆਫ ਹੋ ਗਿਆ ਮੇਰਾ ਤਾਂ ਆਪ ਬੰਦ ਆ ਹਾਂ ਬੋਲ ਓ ਯਾਰ ਪੇਮੈਂਟ ਦਾ ਕਰ ਦੇ ਨਹੀਂ ਫਿਰ ਦੋਵਾਂ ਨੂੰ ਛੱਡ ਦੇਣਾ ਮੈਂ ਉਹ ਕਰ ਦਿੰਦਾ ਮੈਨੂੰ ਥੋੜਾ ਮਾਹੌਲ ਤਾਂ ਦੇਖ ਲੈਣ ਦੇ ਜਲਦੀ ਦੇਖ ਯਾਰ ਉਹ ਸਾਲਿਆ ਨਾਲੇ ਫੋਨ ਕਿਹਦੇ ਨੰਬਰ ਤੋਂ ਕਰੀ ਜਾਂਦਾ ਤੂੰ ਉਹ ਤੂੰ ਇਹਨਾਂ ਦੀ ਚਿੰਤਾ ਨਾ ਕਰ ਭਲੇ ਮਾਨਸ ਬੰਦੇ ਨੇ ਨਾਲੇ ਤੇਰਾ ਦੂਰ ਦੂਰ ਤੱਕ ਇਹਨਾਂ ਬੰਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਤੂੰ ਮੇਰੀ ਪੇਮੈਂਟ ਦਾ ਕਰ ਯਾਰ ਲੱਗਦਾ ਸਾਲਾ ਮਰਵਾਊਗਾ ਮੈਨੂੰ ਬਹੁਤ ਬਹੁਤ ਸ਼ੁਕਰੀਆ ਵੀਰੇ ਪੂਆ 7 ਵੱਜ ਗਏ ਹਜੇ ਤੱਕ ਕੋਈ ਅਤਾ ਪਤਾ ਨਹੀਂ ਉਹਨਾਂ ਦਾ ਸੁਖੀ ਨੂੰ ਫੋਨ ਲਾ ਹੈਲੋ ਸੁਖੀ ਕੁਛ ਪਤਾ ਲੱਗਿਆ ਉਹਨਾਂ ਦਾ ਨਹੀਂ ਪੂਆ ਕੁਛ ਨਹੀਂ ਪਤਾ ਲੱਗਿਆ ਹੁਣ ਕੀ ਕਰੀਏ ਪੁਲਿਸ ਨੂੰ ਫੋਨ ਕਰ ਦਈਏ ਨਾ ਨਾ ਪੁਲਿਸ ਨੂੰ ਫੋਨ ਨਹੀਂ ਕਰਨਾ ਬਈ ਬਾਹਰ ਗੱਲ ਖਿਲਰ ਗਈ ਬਹੁਤ ਬੇਇੱਜ਼ਤੀ ਹੋਣੀ ਹੈ ਕੁੜੀ ਦਾ ਮਾਮਲਾ ਹੈ ਦੋ ਦਿਨ ਰਹਿ ਗਏ ਵਿਆਹ ਨੂੰ ਰਿਸ਼ਤੇਦਾਰ ਆਉਣ ਵਾਲੇ ਹੋ ਗਏ ਕੁਛ ਤਾਂ ਕਰਾਂਗੇ ਹੀ ਅਸੀਂ ਇੱਕ ਮਿੰਟ ਹਾਂ ਬਈ ਦੱਸ ਕੀ ਕਰਨਾ ਇਹਨਾਂ ਦਾ ਤੂੰ ਵਾਰ ਵਾਰ ਫੋਨ ਕਿਉਂ ਕਰੀ ਜਾਂਦਾ ਜਾਂ ਤੈਨੂੰ ਕਿਹਾ ਮਾਹੌਲ ਦੇਖ ਕੇ ਦੱਸਦਾ ਸਾਲਾ ਸਾਡੇ ਦਿਨੋਂ ਪੂਆ ਇੱਕ ਵਾਰੀ ਸਾਹਮਣੇ ਆ ਜਾਣ ਜੇ ਨਾ ਵੱਢ ਕੇ ਰੱਖ ਦਿੱਤਾ ਫੇਰ ਕਹੀ ਮਨਜੀਤ ਆਓ ਜੀ ਆਓ ਆ ਗਏ ਮਿੱਟੀ ਪ੍ਰੀਤ ਕਰਕੇ ਜਿੰਦਰ ਤੇਰੇ ਤੋਂ ਇਹ ਉਮੀਦ ਨਹੀਂ ਸੀ ਇਸੇ ਗੱਲ ਤੋਂ ਡਰਦੀ ਸੀ ਮੈਂ ਉਹ ਮੇਰੀ ਗੱਲ ਤਾਂ ਸੁਣੋ ਉਹ ਸੁਣਨ ਸੁਣਾਉਣ ਨੂੰ ਕੀ ਰਹਿ ਗਿਆ ਸਭ ਕੁਝ ਤਾਂ ਬਰਬਾਦ ਹੋ ਗਿਆ ਦੀਦੀ ਪਲੀਜ਼ ਚੁੱਪ ਤੂੰ ਤਾਂ ਚੁੱਪ ਹੀ ਕਰ ਜਾ ਉਹ ਦੀਦੀ ਭੂਆ ਉਹ ਤੁਸੀਂ ਗੱਲ ਤਾਂ ਸੁਣ ਲਓ ਜੋ ਤੁਸੀਂ ਸਮਝ ਰਹੇ ਹੋ ਇਦਾਂ ਦਾ ਕੁਝ ਨਹੀਂ ਹੈ ਤੇਰੀ ਹੋਣ ਵਾਲੀ ਵੋਟੀ ਨੂੰ ਭਜਾ ਕੇ ਲੈ ਗਿਆ ਤੇ ਤੂੰ ਕੀ ਕਹਿੰਦਾ ਇਦਾਂ ਦਾ ਕੁਝ ਨਹੀਂ ਚੁੱਪ ਕਰ ਬਕਵਾਸ ਬੰਦ ਕਰ ਜੋ ਮੂੰਹ ਚ ਆਉਂਦਾ ਉਹੀ ਬੋਲੀ ਜਾਨੀ ਹੈ ਅੱਗੇ ਪਿੱਛੇ ਨਹੀਂ ਦੇਖਦੀ ਕੁਝ 24 ਘੰਟੇ ਤੈਨੂੰ ਸ਼ੱਕ ਕਰਨ ਤੋਂ ਇਲਾਵਾ ਹੋਰ ਕੰਮ ਹੈ ਕੋਈ ਸੱਜਣਾ ਤੂੰ ਕਿੱਥੇ ਭੱਜਣਾ ਹੈ ਵਿਆਹ ਤੇ ਆਇਆ ਲੱਡੂ ਤਾਂ ਖਾ ਕੇ ਜਾਏਗਾ ਜੀ ਬਈ ਮੈਨੂੰ ਤਾਂ ਜਮਾਂਦਰੋਂ ਸ਼ੂਗਰ ਹੈ ਅਸੀਂ ਭੱਜੇ ਨਹੀਂ ਸੀ
जस्सी आई सी मेरे को। तुम्हें पता है कल मेरी बहुत जरूरी इंटरव्यू है, जे मैं इंटरव्यू नहीं ना दी तो मेरा फ्यूचर, मेरी माँ के सुपने ते दीदी के सुपने सब मिट्टी च मिल जाएंगे। काश मेरी कोई भैन होंगी, मैं वह सपना कदे भी ना टुटन दिता। कमलिए तू भी तो मेरी भैन ही है, तेरा सपना कि टुटन दे देंगे। मैं सोचा कि असी इंटरव्यू करा के जल्दी वापस आ जावे। पर वो तो ठीक है, पर थोड़े दोनों ने फोन क्यों ऑफ आ रहे सी? ये तो हुण सज्जनी दसूगा। लै मैं क्या दसूं भला? जे तू नहीं दसेगा कोई होर दसूंगा। होर कौन दसूं भाई? पेमेंट नहीं आई। तेनु शर्म नहीं आई? इन्हों तो दोस्त हो गए तो अन्नी गिरी भी हरकत की? अभी और क्या करता मैं, जब भी जस्सी ने दिल की गल करने की कोशिश की बाई में लत बना के बह जाता था। एक दिन तेन दस लग्या एडा बड़ा लड्डू मेरे मुंह च तुन के चले गई। और क्या करता मैं, मैं तो अपना घर परिवार कर बहना सी। मनजीत पुत्र मैं बहुत शर्मिंदा आई, मैनू माफ कर दे। मैं बहुत गलत शक किया। तुम बस करो, हम परसों भी रोना।